ਦੇਖੋ ਗੱਲ ਇਹ ਹੈ, ਮੈਂ ਤੁਹਾਨੂੰ ਦੱਸਾਂ, ਇਹ ਆਈ ਵੈਂਟ ਮਾਈ ਸੈਲਫ ਟੂ ਸੀ ਦੈਟ ਬਿਕੋਜ਼ ਆਈ ਐਮ ਕੰਸਰਨ ਅਬਾਊਟ ਇਹ ਜਿਹੜਾ ਵਾਈਟ ਫਲਾਈ ਹੈ ਮਾਨਸੇ ਦੇ ਵਿੱਚ. ਅਖਬਾਰ ਦੇ ਵਿੱਚ ਰਿਪੋਰਟ ਆਈ ਸੀ ਕੋਈ, ਆਈ ਥਿੰਕ ਵਨ ਆਰ ਟੂ ਪੇਪਰ ਬਰੋਟ ਇਟ ਆਊਟ. ਸੋ ਵੈਰੀ ਨੈਕਸਟ ਡੇ ਆਈ ਫਲੂ ਦੇਅਰ. ਆਈ ਹੈਡ ਸੈਂਟ ਦ ਡੇ ਬਿਫੋਰ ਆਰ ਡਾਇਰੈਕਟਰ ਆਈ ਬੀ ਐਗਰੀਕਲਚਰ, ਆਰ ਡਾਇਰੈਕਟਰ ਆਫ ਕਾਟਨ ਹੂ ਇਜ਼ ਲੁਕਿੰਗ ਆਫਟਰ ਕਾਟਨ, ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ, ਸਾਡੇ ਸੈਕਟਰੀ ਗਏ ਸੀ ਆਫ ਐਗਰੀਕਲਚਰ ਐਮ ਪੀ ਸਿੰਘ, ਆਲ ਵੈਂਟ ਵਨ ਡੇ ਇਨ ਐਡਵਾਂਸ ਐਂਡ ਆਈ ਵਿਜ਼ਿਟਿਡ ਟੂ ਸਾਈਟਸ ਵੇਅਰ ਦੇਰ ਵਾਜ਼ ਅ ਕੋਨਸਨਟ੍ਰੇਸ਼ਨ ਆਫ ਇਨ ਮਾਨਸਾ. ਮਾਨਸੇ 'ਚ ਜ਼ਿਆਦਾ ਹੈ, ਮੁਕਤਸਰ 'ਚ ਕੁਛ ਨਹੀਂ, ਫਰੀਦਕੋਟ 'ਚ ਕੁਛ ਨਹੀਂ, ਫਾਜ਼ਿਲਕਾ ਦੇ ਵਿੱਚ ਕੁਛ ਨਹੀਂ, ਥੋੜ੍ਹਾ ਥੋੜ੍ਹਾ ਜਿਹਾ ਹੈ, ਅਬ ਹੋਰ ਕੁਛ ਨਹੀਂ. ਇੱਧਰਲਾ ਪਾਸਾ ਬਠਿੰਡਾ ਠੀਕ ਹੈ, ਸਿਰਫ ਮਾਨਸੇ ਦੇ ਵਿੱਚ ਸੀ ਥੋੜ੍ਹਾ. ਨਾ ਵਾਈ ਇਟ ਇਜ਼ ਮਾਨਸਾ ਸੀ, ਦੋ ਗੱਲਾਂ ਲੋਕ ਕਰਦੇ ਨੇ. ਇੱਕ ਤਾਂ ਇਹ ਬੀਜ ਖਰੀਦ ਕੇ ਲਿਆਉਂਦੇ ਨੇ ਜਿਹੜੀ ਅਸੀਂ ਰੈਕਮੈਂਡ ਨਹੀਂ ਕਰਦੇ. ਸਾਡੇ 136 ਵਰਾਇਟੀਆਂ ਦੇ ਵਿੱਚੋਂ 33 ਵਰਾਇਟੀਜ਼ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਰਿਲੀਜ਼ ਕੀਤੀਆਂ ਨੇ, ਲੇਕਿਨ ਦੇ ਮਸਟ ਰਿਸਟ੍ਰਿਕਟ ਦੋਜ਼ ਐਂਡ ਗੋ ਟੂ ਰਿਪਿਊਟਡ ਫਰਮਸ. ਇਹ ਜਾ ਕੇ ਥੋੜ੍ਹੀ ਜਿਹੀਆਂ ਸਸਤੀਆਂ ਲੋਕਾਂ ਤੋਂ ਖਰੀਦ ਲਿਆਉਂਦੇ ਨੇ ਗੁਜਰਾਤ ਤੋਂ. ਦੈਟ ਇਜ਼ ਵਨ. ਉਹਦੇ ਵਿੱਚ ਦੋ ਗੱਲਾਂ ਹੋਈਆਂ ਨੇ, ਇੱਕ ਤਾਂ ਜਰਮੀਨੇਸ਼ਨ ਸਾਡਾ ਕਿਤੇ ਕਿਤੇ ਬਹੁਤ ਹੀ ਪੋਰ ਹੈ. ਇੱਕ ਤਾਂ ਕਰੰਟ ਹੋ ਗਈ ਸੀ, ਉਹ ਹੋ ਗਿਆ, ਬਾਰਿਸ਼ ਪੈ ਗਈ ਸੀ ਕਿਤੇ ਕਿਤੇ. ਬਾਈ ਐਂਡ ਲਾਰਜ ਜਰਮੀਨੇਸ਼ਨ ਸਾਡੀ ਬੜੀ ਪੋਰ ਹੈ. ਵੈਨ ਆਈ ਵਾਜ਼ ਫਲਾਇੰਗ ਵਿਦ ਸੁਨੀਲ ਜੀ ਫਰੋਮ ਚੰਡੀਗੜ੍ਹ ਟੂ ਮਾਨਸਾ, ਸੰਗਰੂਰ ਟੱਪ ਦੇ ਹੀ ਨਰਮਾ ਸ਼ੁਰੂ ਹੋ ਜਾਂਦਾ ਹੈ ਉੱਥੇ, ਮੇਰਾ ਖਿਆਲ 3 out of 10 ਫਸਲਾਂ ਜਿਹੜੀ ਫਸਲ ਨਜ਼ਰ ਆ ਰਹੀ ਸੀ ਉਹ ਠੀਕ ਸੀ, ਬਾਕੀ ਵੈਰੀ ਲੋ ਪਾਪੂਲੇਸ਼ਨ, ਮੇ ਬੀ 30%, 20%. ਦਿਸ ਇਜ਼ ਵੈਰੀ ਬੈਡ. ਨਾ ਦਿਸ ਕੁਡ ਬੀ, ਐਸ ਆਈ ਡਿਸਕਸਡ ਵਿਦ ਦੀ ਵਾਈਸ ਚਾਂਸਲਰ, ਕੁਡ ਬੀ ਆਈਦਰ ਕਰੰਟ ਹੋ ਗਈ ਸੀ ਜਾਂ ਜ਼ਿਆਦਾ ਤੋਂ ਕਿ ਉਹਨਾਂ ਨੇ ਵਰਾਇਟੀ ਬੀਜ ਜਿਹੜਾ ਖਰੀਦਿਆ ਉਹ ਠੀਕ ਨਹੀਂ, ਉਹ ਜਰਮੀਨੇਸ਼ਨ ਪਰਸੈਂਟੇਜ ਬੜਾ ਲੋ ਸੀ ਉਹਦਾ. ਸੋ ਦੈਟ ਵਾਜ਼ ਵਨ. ਸੈਕਿੰਡ, ਵਾਈਟ ਫਲਾਈ ਗਰੋਜ਼ ਇਨ ਦਿਸ ਸੀਜ਼ਨ, ਜਦੋਂ ਬਾਰਿਸ਼ ਨਹੀਂ ਪੈਂਦੀ ਔਰ ਇੱਕ ਪੜਦਾ ਹੁੰਦੀ ਹੈ ਨਾ ਉੱਥੇ, 10% ਨਰਮਾ, 90% ਤਾਂ ਉੱਥੇ ਝੋਨਾ ਲੱਗਿਆ ਹੋਇਆ, ਤਾਂ ਉਹ ਪੜਦਾ ਬਹੁਤ ਉੱਠ ਗਈ ਸੀ ਐਂਡ ਦਿਸ ਇਜ਼ ਦ ਆਈਡੀਅਲ ਬਰੀਡਿੰਗ ਗਰਾਊਂਡ ਫੋਰ ਦਿਸ ਵਾਈਟ ਫਲਾਈ. ਨਾ ਉਹਦੇ ਵਾਸਤੇ ਦੈਰ ਇਜ਼ ਅ ਸਾਈਕਲ, ਯੂ ਹੈਵ ਦੀ ਅਡਲਟ, ਯੂ ਹੈਵ ਦੀ ਐਗਸ, ਯੂ ਹੈਵ ਦ ਲਾਰਵਾ ਐਂਡ ਈਚ ਟਾਈਮ ਯੂ ਹੈਵ ਟੂ ਡੂ ਵੇਰੀਅਸ ਸਪਰੇਜ ਟੂ ਕੰਟਰੋਲ ਦਮ ਐਟ ਵੇਰੀਅਸ ਸਟੇਜਸ. ਤੁਹਾਨੂੰ ਪਤਾ ਇੱਕ ਵਾਈਟ ਫਲਾਈ ਇੱਕ ਟਾਈਮ 'ਤੇ ਕਿੰਨੇ ਅੰਡੇ ਦਿੰਦੀ ਹੈ? 150 ਅੰਡਾ. ਐਂਡ ਦੈਟ ਇਫ ਯੂ ਡੂ ਨੋਟ ਕੰਟਰੋਲ ਇਟ, ਐਂਡ ਆਹ ਜਿਹੜੀ ਮੌਸਮ ਹੈ ਇੱਕਦਮ ਸਪਰੈਡ ਹੋ ਜਾਏਗੀ ਬੜੀ ਤੇਜ਼ੀ ਨਾਲ. ਸੋ ਵਾਟ ਵੀ ਹੈਵ ਡਨ, ਜਿੱਥੇ ਜਿੱਥੇ ਇਹ ਸਾਨੂੰ ਕੋਨਸਨਟ੍ਰੇਸ਼ਨ ਨਜ਼ਰ ਆਈ ਹੈ, ਵੀ ਹੈਵ ਆਈਸੋਲੇਟਡ ਦੋਜ ਫੀਲਡਸ. ਉੱਥੇ ਆਈਸੋਲੇਟ ਕਰਕੇ ਦ ਟੀਮਸ ਫਰੋਮ ਦ ਪੀ ਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਐਂਡ ਪੰਜਾਬ ਗਵਰਨਮੈਂਟ ਐਕਸਟੈਂਸ਼ਨ ਸਰਵਿਸਿਸ ਆਰ ਆਲਰੇਡੀ ਵਰਕਿੰਗ. ਵੀ ਹੈਵ ਡਿਸਟ੍ਰੀਬਿਊਟਡ ਦਮ ਹਰ ਡਿਸਟ੍ਰਿਕਟ ਦੇ ਵਿੱਚ, 14 ਡਿਸਟ੍ਰਿਕਟ ਨੇ ਜਿੱਥੇ ਨਰਮਾ ਲੱਗਦਾ ਸਾਡਾ, ਉੱਥੇ ਪਹੁੰਚ ਗਈਆਂ ਨੇ ਐਂਡ ਦੇ ਆਰ ਸਟਾਰਟਿੰਗ ਸਪਰੇਇੰਗ ਦਮਸੈਲਵ. ਵੀ ਆਰ ਨੋਟ ਰਿਲਾਇੰਗ ਔਨ ਦ ਫਾਰਮਰ ਟੂ ਸਪਰੇ, ਬਿਕੋਜ਼ ਉਹ ਫਿਰ ਖਰੀਦਦੇ ਨੇ ਕਿਸੇ ਜਾਂ ਤੋਂ ਜਾ ਕੇ, ਵਿੱਚ ਇਜ਼ ਆਲਰੇਡੀ ਸਪੂਰੀਅਸ ਪੈਸਟੀਸਾਈਡ, ਤਾਂ ਉਹਦਾ ਕੋਈ ਫਾਇਦਾ ਨਹੀਂ. ਤਾਂ ਅਸੀਂ, ਮੈਂ ਯੂਨੀਵਰਸਿਟੀ ਨੂੰ ਕਿਹਾ ਐਂਡ ਪੰਜਾਬ ਐਗਰੀਕਲਚਰ, ਤੁਸੀਂ ਆਪ ਖਰੀਦੋ ਔਰ ਆਪ ਸਪਰੇ ਕਰਵਾਓ. ਦੈਟਸ ਵਾਟ ਵੀ ਆਰ ਡੂਇੰਗ ਟੂ ਕੀਪ ਇਟ ਅੰਡਰ ਚੈੱਕ. ਨਾਓ ਹਾਊ ਮਚ ਵੀ ਆਰ ਏਬਲ ਟੂ ਚੈੱਕ ਇਟ, ਆਈ ਡੂ ਨੋਟ ਨੋ, ਬਿਕੋਜ਼ ਅਨਲੈਸ ਵੀ ਹੈਵ ਰੇਨ ਇਨ ਮਾਨਸਾ ਇਨ ਦ ਨੈਕਸਟ ਵੀਕ 10 days, ਇਟ ਮੇ ਗਰੋ, ਇਟ ਮੇ ਐਕਸਟੈਂਡ. ਸੋ ਵੀ ਆਰ ਟਰਾਈਂਗ ਟੂ ਆਈਸੋਲੇਟ ਦਮ. ਨਾ ਜਿੱਥੇ ਮੈਨੂੰ ਲੈ ਕੇ ਗਏ ਸੀ ਦੋ ਜਗ੍ਹਾ, ਉਹ ਤੋਂ ਇਲਾਵਾ ਮੈਂ ਆਪਣੇ ਆਪ ਹੀ ਰੁਕ ਗਿਆ ਸੀ ਇੱਕ ਦੋ ਖੇਤਾਂ ਦੇਖਣ ਨੂੰ. ਐਂਡ ਈਵਨ ਦੇਅਰ ਆਈ ਸਪੋਰਟਸ ਪੋਰੈਡਿਕ ਤੌਰ 'ਤੇ ਇੱਕ ਜਾਂ ਦੋ ਉੱਥੋਂ ਵਾਈਟ ਫਲਾਈ ਕਿਤੇ ਕਿਤੇ ਨਜ਼ਰ ਆਏ ਮੈਨੂੰ. ਸੋ ਨਥਿੰਗ ਮੇਜਰ ਟੂ ਡਰ. ਓਵਰਆਲ ਪੰਜਾਬ ਦੇ ਵਿੱਚ ਵੀ ਹੈਵ ਅਬਾਊਟ 50% ਮੋਰ ਗਰੋ ਕਾਟਨ ਦੈਨ ਲਾਸਟ ਈਅਰ. ਇਟਸ ਰਫਲੀ 350 ਹੈਕਟਰਸ ਆਫ ਕਾਟਨ ਜੋ ਲੱਗਿਆ ਹੈ. ਉਹਦੇ ਵਿੱਚੋਂ ਇਨ ਦੇ ਹੋਲ ਏਰੀਆ ਜੋ ਸਾਡੇ ਐਗਰੀਕਲਚਰ ਡਿਪਾਰਟਮੈਂਟ ਅਸੈਸ ਕਰਦੀ ਹੈ ਕਿ ਰਫਲੀ 1% ਆਫ ਦੀ ਏਰੀਆ ਹੈਜ਼ ਬੀਨ ਅਫੈਕਟਿਡ ਬਾਈ ਦਿਸ. ਸੋ ਉਹ 1% ਵੀ ਅਸੀਂ ਇਹਨੂੰ ਆਈਸੋਲੇਟ ਕਰਕੇ ਉਹਨੂੰ ਟ੍ਰੀਟ ਕਰਾਂਗੇ. ਬਟ ਦੈਟ ਡਜ਼ਨਟ ਮੀਨ ਕਿ ਅਸੀਂ ਬਾਕੀ ਏਰੀਆ ਨੂੰ ਨਹੀਂ ਕਵਰ ਕਰ ਰਹੇ. ਵੀ ਆਰ ਡੂਇੰਗ ਦ ਸਪਰੇਜ਼ ਇਨ ਦੀ ਇੰਟਾਇਰ ਕਾਟਨ ਬੈਲਟ ਤਾਂ ਕਿ ਕਾਬੂ ਕਰਦੀ ਸੀ. ਐਂਡ ਦੈਟ ਵਿਲ ਬੀ ਡਨ ਬਾਏ ਦੀ ਐਗਰੀਕਲਚਰ ਐਂਡ ਦੀ ਐਗਰੀਕਲਚਰ ਯੂਨੀਵਰਸਿਟੀ.